ਕੀ ਖੇਡਾਂ ਕਰਾਈਆਂ ਜਾਂਦੀਆਂ ਇਸ ਵਿੱਚ? ਇੱਥੇ ਪਹਿਲਾਂ ਤਾਂ ਜੀ ਖੜਾ ਵੀ ਲੱਗਦਾ ਸੀ, ਕਬੱਡੀ ਹੁੰਦੀ ਸੀ, ਟਾਇਰਾਂ ਦਾ ਕੰਮ ਹੁੰਦਾ ਸੀ ਜੀ, ਖੋ ਖੋ ਵੀ ਹੁੰਦੀ ਸੀਗੀ, ਕਰੀਬ 10-12 ਖੇਡਾਂ ਹੁੰਦੀਆਂ ਸੀ, ਕਲਾਕਾਰਾਂ ਦੇ ਕੰਪੀਟੀਸ਼ਨ ਵੀ ਹੁੰਦੇ ਸੀਗੇ। ਠੀਕ ਆ, ਹੁਣ ਥੋੜ੍ਹਾ ਜਿਹਾ ਬ੍ਰਦਰ ਮਾੜੇ ਸਾਡੇ ਆਊਟ ਆਫ ਕੰਟਰੀ ਹੈ ਜਿਹੜੇ ਮੁੰਡਾ ਕਰਾਉਂਦੇ ਸੀਗੇ। ਹਾਂ, ਕਰੋਨਾ ਕਰਕੇ ਇੱਕ ਥੋੜ੍ਹਾ ਜਿਹਾ ਪਿਛਲੇ ਸਾਲ ਤਾਂ ਅਸੀਂ ਕਰਾਇਆ ਨਹੀਂਗਾ, ਬਾਕੀ ਹੈ ਕਿ 3 ਕਾਂਡ ਪਾਟਾ ਗਾਹਣੂ, ਪਿਛਲੀ ਵਾਰੀ 5-4 ਸੀਗੇ, ਗਾਹਣੂ ਤਾਂ ਮਾਰੀ ਕਿਰਪਾ 10-12 ਸਾਡੇ ਹੁਣ ਤਾਂ ਲੋਸਮੈਂਟ ਹੋ ਹੀ ਗਈ ਹੈ। ਅਤੇ ਗਾਂ ਵੀ ਮੁੰਡੇ ਵੀ ਇੱਥੇ ਆ ਜਾਣਗੇ, ਗਾਹਣੂ ਤਾਂ ਫਿਰ ਵੀ 3 ਦਿਨ ਸਾਡੇ ਰੌਣਕ ਲੱਗਦੀ ਹੈ, 3 ਦਿਨ ਲੰਗਰ ਚੱਲਦਾ, ਜੋ ਵੀ ਆਵੇ ਜੋਗਨ ਦੀ ਆਈ ਜਾਂਦੀ ਹੈ, ਜੌਨ ਦੀ ਵੀ ਆਈ ਜਾਂਦੀ ਹੈ, ਅੱਖਾਂ 'ਚ ਪਾਣੀ ਉਹ ਵੀ ਲਈ ਆਉਂਦਾ, ਤਾਂ ਮੁੰਡੇ ਵੀ ਆਪਣੇ ਲਈ ਆਉਂਦੇ ਆ ਵੀ ਚਲੋ ਕੋਈ ਨਾ, ਪਿਛਲੀ ਵਾਰੀ ਕਰੋਨਾ ਕਰਕੇ ਨਹੀਂ ਆਇਆ ਗਿਆ ਕਿ ਥੋੜ੍ਹੀ ਜਿਹੀ ਕੋਈ ਆਪਦੀ ਪ੍ਰੋਬਲਮ ਹੁੰਦੀ ਹੈ ਫਲਾਈਟਾਂ ਦੀ ਹੈਗੀ ਹੈ, ਅਗਲੀ ਵਾਰੀ ਆਉਣਗੇ ਅਤੇ ਇਦੋਂ ਵੀ ਜ਼ਿਆਦਾ ਖੁਸ਼ੀ ਨਾਲ ਮਨਾਵਾਂਗੇ ਵੀ ਜਿਹੜਾ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤਾਂ ਨਹੀਂ ਲੈ ਸਕਦੇ ਸੀ, ਪਰ ਦਿਲ ਦੇ ਵਿੱਚ ਪਿਆਰ ਬਹੁਤ ਆ, ਨਿਸ਼ਤਾ ਕਰਦੇ ਵੀ ਜੇ ਹੁੰਦੇ ਤਾਂ ਮੇਲਾ ਇਦੋਂ ਹੋਰ ਵੀ ਸੋਹਣਾ ਹੋਣਾ ਸੀ, ਗੱਲਾਂ ਹੋਰ ਹੋਣੀਆਂ ਸੀ, ਕਿਉਂਕਿ ਉਹਨਾਂ ਨੂੰ ਤਜਰਬਾ, ਸਾਨੂੰ ਤਜਰਬਾ ਨਹੀਂ ਨਾ, ਉਹਨੇ ਕਿਹਾ ਬਾਈ ਮੈਂ ਮੇਲਾ ਹੋ ਗਿਆ, ਉਹਨਾਂ ਨੂੰ ਸਾਰਾ ਪਤਾ, ਬਾਕੀ ਉਹਨਾਂ ਨੂੰ ਜ਼ਿਆਦਾ ਮਿਹਨਤੀ ਸੀ। ਹਾਂ, ਖੇਡਾਂ ਬਾਰੇ ਬੜੀ ਜਾਣਕਾਰੀ ਉਹਨਾਂ ਨੂੰ, ਸਪੋਰਟਸ ਦੇ ਪ੍ਰਧਾਨ ਆ ਪਿੰਡ ਦੇ ਆਪਣੇ, ਉਹ ਕਲੱਬ ਦੇ ਵੀ ਪੂਰਾ ਹੀ ਉਹ ਹੁੰਦਾ, ਤਾਂ 3 ਦਿਨ ਖੇਡਾਂ ਚੱਲਣੀਆਂ ਸੀ, ਰਾਤ ਨੂੰ ਕਵਾਲੀ ਪ੍ਰੋਗਰਾਮ ਵੀ ਚੱਲਦਾ ਅੱਗੇ, ਮਹਾਰਾਜ ਦੀ ਕਿਰਪਾ, ਅਗਲੇ ਸਾਲ ਆ ਜਾਣਗੇ ਕੋਈ ਨਾ।